ਸਤਿ ਸ਼੍ਰੀ ਅਕਾਲ ਪੰਜਾਬੀ, ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਦਾ ਝਨੀਰ ਹੈ ਜੀ। ਝਨੀਰ ਰੋਡਵੇਜ਼ ਬੱਸ ਪਿੱਛੇ ਹਿੰਦੀ ਲਿਖੀ ਹੋਈ ਹੈ ਬਾਈ, ਲੱਖਾਂ ਜਣਾ ਚੱਲਿਆ। ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਬਾਈ ਨੂੰ ਕੀ ਕਾਰਨ, ਕੀ ਮਜਬੂਰੀ ਬਣ ਗਈ ਪੰਜਾਬ 'ਤੇ ਰੋਡਵੇਜ਼ ਇਸ ਤਰ੍ਹਾਂ ਲਿਖਣ ਦੀ। ਬਸ ਰੋਡਵੇਜ਼ ਪੰਜਾਬ ਦੀ ਹੈ ਨਾ? ਹਾਂਜੀ। ਕਿਹਾ ਯਾਰ ਪੰਜਾਬੀ ਦੀ ਤਾਂ ਮਾੜੀ ਮੋਟੀ ਕਦਰ ਕਰਦੇ ਹਾਂ, ਹਿੰਦੀ 'ਚ ਤੋਂ ਲਿਖਿਆ ਉਹ ਹਿੰਦੀ ਬੜੀ ਜਲੰਧਰ ਹੈ ਸਰ, ਬੇਨਤੀ ਹੈ ਜੀ। ਹਾਂ 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 ਇਹ ਨਾ ਗੱਡੀ, ਇਹ ਤਾਂ ਨਾ ਗੱਡੀ ਇਹ ਆਊਟ ਆਫ ਸਟੇਜ ਚੱਲਦੀ ਪਹਿਲਾਂ, ਇਹ ਗੱਡੀ ਆਪਣੇ ਨਾ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ। ਹਾਂਜੀ। ਜਿਹੜੀਆਂ ਗੱਡੀਆਂ, ਜਿਹੜੀਆਂ ਬੱਸਾਂ, ਹਾਂਜੀ, ਹਰਿਆਣੇ ਦੀਆਂ, ਰਾਜਸਥਾਨ ਦੀਆਂ, ਦਿੱਲੀ ਦੀਆਂ, ਹਿਮਾਚਲ ਦੀਆਂ, ਯੂਪੀ ਆਉਂਦੀਆਂ, ਯੂਪੀ ਦੀਆਂ ਆਪਾਂ ਸਟੇਟਾਂ ਦੇ ਗੱਲਾਂ, ਦੂਜੇ ਸੂਬੇ ਦੀਆਂ, ਉਹ ਪੰਜਾਬ ਆਉਂਦੀਆਂ ਨਾ, ਉਹਨਾਂ ਨੇ ਪੰਜਾਬੀ 'ਚ ਲਿਖਿਆ ਹੁੰਦਾ? ਲਿਖਿਆ ਹੁੰਦਾ ਜੀ। ਕਿੱਥੇ? ਪੂਰੇ ਵੀ ਲਿਖਿਆ ਹੁੰਦਾ ਮਗਰ? ਨਾ ਨਾ, ਹਾਂਜੀ, ਬੋਰਡ 'ਤੇ ਕਿਸੇ ਵੀ ਬੱਸ ਦੇ ਉੱਤੇ ਮੈਨੂੰ ਤੂੰ ਦੂਜੇ ਸੂਬਿਆਂ ਦੀਆਂ ਬੱਸਾਂ ਦੇ ਉੱਤੇ ਮੈਨੂੰ ਦਿਖਾ ਦੀ ਵੀ ਪੰਜਾਬੀ 'ਚ ਲਿਖਿਆ ਵਾ। ਹਾਂਜੀ। ਸਾਰੀਆਂ ਬੱਸਾਂ 'ਤੇ ਹਿੰਦੀ 'ਚ ਲਿਖਿਆ ਵਾ। ਹਾਂਜੀ। ਜਿਹੜੇ ਪੰਜਾਬ ਰੋਡਵੇਜ਼ ਬੱਸ ਆ ਇਹ ਤਾਂ ਪੰਜਾਬੀ 'ਚ ਲਿਖੋ ਗਿਆ। ਹਾਂਜੀ। ਇਹ ਸਾਡੀ ਸਮੱਸਿਆ ਥੋੜ੍ਹੀ ਹੈ, ਅਗਲੀ ਸਮੱਸਿਆ ਇਹ ਬੱਸ ਥੋੜ੍ਹੀ ਪੰਜਾਬ 'ਚ ਕਹਿ ਜੇ ਨਾ ਜਾਂਦੀ ਆ। ਸਰ ਤੁਹਾਡਾ ਮੈਸੇਜ ਲਾਵਾਂਗੇ ਜ਼ਰੂਰ, ਜੀਵਨ ਨਗਰ ਚੱਲੀ ਆ ਮੇਰੀ ਗੱਲ ਖਰਾਬ, ਜੀਵਨ ਨਗਰ ਚੱਲੀ ਆ, ਤੁਹਾਡਾ ਮੈਸੇਜ ਡੀਪੂ 'ਚ ਲਿਖਿਆ ਜਾਊਗਾ ਨਾ, ਆਪਾਂ ਲਿਖ ਨਹੀਂ ਸਕਦੇ। ਮੈਨੇਜਰ ਦਾ ਨੰਬਰ ਦੇ, ਦੇਖੋ ਜੀ ਬੱਸ ਨੀ ਚੱਲਣਾ, ਪੰਜਾਬ 'ਚ ਲਿਖੀ ਹਿੰਦੀ ਬੈਠੀ ਆ ਬਾਈ, ਲੱਖਾਂ ਤਾਂ ਲੈ ਗਿਆ ਸਟੈਂਡ, ਝਨੀਰ ਬੱਸ ਅੱਡੇ ਤੇ ਰੋਕ ਲਈ ਆ ਬੱਸ। ਜੀਐਮ ਨੂੰ ਲਾ, ਚੌਵੀ 47 ਹੈਲੋ ਹੋਰ ਤੋਂ ਲਾ ਲਾ, ਆਵਾਜ਼ ਨਹੀਂ ਆਉਂਦੀ ਇਹਦੀ ਯਾਰ, ਬਾਈ ਹੋਰ ਤੋਂ ਲਾਈ ਆਪਣੇ ਤੋਂ ਦੇਖੋ। ਹੈਲੋ ਦੁਬਾਰੇ ਦਾ ਇਹੀ ਗੱਲ, ਮੈਨੂੰ ਤੇਰਾ ਕਨੈਕਟਰ ਕਹਿੰਦਾ ਸੀ, ਉਹ ਕਹਿੰਦਾ ਵੀ ਇਹ ਦੂਜੇ ਸੂਬਿਆਂ 'ਚ ਬੱਸ ਜਾਂਦੀ ਹੈ, ਜਿਹੜੀਆਂ ਦੂਜੇ ਸੂਬਿਆਂ ਦੀਆਂ ਬੱਸਾਂ ਪੰਜਾਬ ਆਉਂਦੀਆਂ ਨੇ ਕਿਸੇ ਬੱਸ ਦੇ ਉੱਤੇ ਪੰਜਾਬੀ 'ਚ ਨਹੀਂ ਲਿਖਿਆ ਹੁੰਦਾ, ਨਾ ਬੋਰਡ ਨਾ ਉਹ ਲਿਖਿਆ। ਮੈਂ ਉਹੀ ਗੱਲ ਕਰਦਾ, ਕਸੂਰ ਸੋਚਾ ਤਾਂ ਨਹੀਂ ਹੈ, ਤੁਸੀਂ ਤਾਂ ਡਰਾਈਵਰ ਕਨੈਕਟਰ ਦਾ ਕਸੂਰ ਨਹੀਂ ਹੈਗਾ ਆਪਣੇ ਕੋਲ, ਤੇ ਸਾਰੇ ਮੈਂ ਕਿਵੇਂ ਰੱਖ ਬੰਦੇ ਨੂੰ ਬਾਈ ਬਾਗ ਜੋ ਘੱਟ ਤੋਂ ਮਾਰੇ ਹੋ ਗੱਲ ਕਰਦੇ ਆ, ਜਾਵੜੋ ਜਾਵੜੋ ਲੱਖੇ ਬਾਈ ਗਾਹਾਂ ਕਰਾ ਦੋ, ਕਰਾਉਣੇ ਵੀਰੇ ਕਰਾਉਣੇ ਆ, ਲਿਆ ਨੰਬਰ ਦੇ ਯਾਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਅਸੀਂ ਬਾਈ ਜੀ ਤੁਹਾਡੀ ਰੋਡਵੇਜ਼ ਬੱਸ 'ਚ ਬੈਠੇ ਹਾਂ ਅਤੇ ਝਨੀਰ ਅੱਡੇ 'ਚ ਖੜੀ ਆ ਮਾਨਸਾ ਜ਼ਿਲ੍ਹੇ 'ਚ, ਤੁਹਾਡੀ ਬੱਸ ਦੇ ਮੈਂ ਕਹਿੰਦਾ ਹਿੰਦੀ 'ਚ ਬੋਰਡ ਵੀ ਹਿੰਦੀ 'ਚ ਆ ਅਤੇ ਲਿਖਿਆ ਵੀ ਹਿੰਦੀ 'ਚ ਆ ਰੋਡਵੇਜ਼, ਪੰਜਾਬ ਰੋਡਵੇਜ਼, ਇਹ ਕਿਉਂ ਬਾਈ ਯਾਰ? ਪੰਜਾਬ ਦੇ ਵਿੱਚ ਹੀ ਜੇ ਆਪਾਂ ਪੰਜਾਬ ਦੇ ਵਿੱਚ ਹੀ ਆਪਾਂ ਪੰਜਾਬੀ ਨਹੀਂ ਲਿਖਣੀ, ਹਿੰਦੀ ਲਿਖਣੀ ਆ, ਫਿਰ ਪੰਜਾਬੀ ਲਿਖਾਂ ਏ ਕਿੱਥੇ? ਇਹ ਡੀਪੂ ਦੀ ਬੱਸ ਆ ਬਾਈ ਜੀ, ਲੁਧਿਆਣਾ ਡੀਪੂ ਬਾਈ, ਅੱਗੇ ਕਰ ਲਾ ਫਿਰ ਅੱਡੇ ਤੋਂ ਗੱਡੀ, ਅੱਗੇ ਗੱਡੀਆਂ ਖੜੀਆਂ ਨੇ। ਨੰਬਰ ਬੋਲੋ, ਨੰਬਰ ਕਿੰਨਾ ਬਾਈ ਬੱਸ ਦਾ? ਨੰਬਰ ਬੋਲੀ ਬਾਈ, 84 53 PV 10 ਹਾਂਜੀ, ਫੜ ਜਾ ਇਹਦੇ ਕੋਲ। ਆਪਣੀ ਮਾਂ ਬੋਲੀ ਨੂੰ ਜੇ ਪੰਜਾਬ 'ਚ ਮਾਰਾਂਗੇ ਤਾਂ ਫਿਰਦੇ ਆ ਦੁਸ਼ਮਣ ਤਾਂ ਮਾਰ ਦੇਣ, ਸਰਕਾਰ ਤਾਂ ਜ਼ੋਰ ਲਾਉਂਦੀ ਆ ਵੀ ਅਸੀਂ ਦਫ਼ਤਰਾਂ ਦੇ ਵਿੱਚ 4 ਸਪੇਰੇ ਬੋਰਡਾਂ ਦੇ ਉੱਤੇ ਪੰਜਾਬੀ ਕਰਤੀ ਤੇ ਇੱਧਰ ਬੱਸਾਂ ਦੇ ਉੱਤੇ ਸਾਡੀ ਬੋਲੀ ਨੂੰ ਮਾਰਿਆ ਜਾਂਦਾ, ਇਹ ਜ਼ਰੂਰ ਧਿਆਨ ਰੱਖਿਓ ਬਾਈ। ਠੀਕ ਹੈ ਜੀ, ਮਿਹਰਬਾਨੀ।